ਪੰਜਾਬ ਸਰਕਾਰ ਨੂੰ ਸੱਤਾ 'ਚ ਆਇਆ 2.5 ਸਾਲ ਦਾ ਸਮਾਂ ਹੋ ਗਿਆ, ਪਰ ਅਜੇ ਤੱਕ ਨੁਮਾਇੰਦਿਆਂ ਦੀ ਚੋਣ ਹੀ ਹੋ ਰਹੀ ਹੈ। ਕਦੇ ਲੋਕ ਸਭਾ ਦੇ ਨੁਮਾਇੰਦਗੀ ਲੈਣ 'ਚ ਜ਼ੋਰ ਲੱਗਿਆ ਹੋਇਆ ਸੀ, ਹੁਣ ਬਲਾਕ ਸਮਿਤੀ ਦੇ ਨੁਮਾਇੰਦਿਆਂ ਦੀ ਚੋਣ ਹੋਈ। ਪਟਿਆਲਾ ਅਧੀਨ ਆਉਂਦੇ ਨਾਭਾ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵੀ ਸਰਬ ਸੰਮਤੀ ਨਾਲ ਇੱਛਿਆ ਮਾਨ ਸਿੰਘ ਭੋਜੋ ਮਾਜਰੀ ਨੂੰ ਬਲਾਕ ਸਮਿਤੀ ਦਾ ਚੇਅਰਮੈਨ ਬਣਾਇਆ ਗਿਆ ਅਤੇ ਕਰਮਜੀਤ ਕੌਰ ਨੂੰ ਵਾਇਸ ਚੇਅਰਮੈਨ ਬਣਾਇਆ। ਇਸ ਮੌਕੇ ਨਵੇਂ ਬਣੇ ਬਲਾਕ ਸਮਿਤੀ ਚੇਅਰਮੈਨ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ, ਮੈਂ ਧੰਨਵਾਦੀ ਹਾਂ ਬਲਾਕ ਸਮਿਤੀ ਮੈਂਬਰਾਂ ਦਾ ਅਤੇ ਸਾਡੇ ਕੈਬਨਿਟ ਮੰਤਰੀ ਦਾ ਜਿਨ੍ਹਾਂ ਦੀ ਰਹਿਨਮਾਈ ਵੇਟ ਮੈਨੂੰ ਸਰਬ ਸੰਮਤੀ ਨਾਲ ਸਾਰੇ ਮੈਂਬਰਾਂ ਨੇ ਚੇਅਰਮੈਨ ਚੁਣਿਆ ਅਤੇ ਮੈਂ ਕਾਂਗਰਸ ਪਾਰਟੀ ਦਾ ਬਹੁਤ ਜ਼ਿਆਦਾ ਰਹਿੰਦੀ ਹਾਂ ਜਿਹੜੀ ਸਰਕਾਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ। ਦੇਖੋ ਜਿਹੜੇ ਵੀ ਅਧੂਰੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਊਗਾ, ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਮਤਲਬ ਸੇਵਾ ਨਿਭਾਵਾਂਗੇ। ਦੂਜੇ ਪਾਸੇ ਉੱਥੇ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਲਾਕ ਸਮਿਤੀ ਦੇ ਨਵੇਂ ਬਣੇ ਚੇਅਰਮੈਨ ਨੂੰ ਵਧਾਈ ਦਿੱਤੀ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਸਰਬ ਸੰਮਤੀ ਨਾਲ ਹੋਣ ਦਾ ਦਾਅਵਾ ਕੀਤਾ ਅਤੇ ਆਪਣੀ ਸਰਕਾਰ ਦਾ ਗੁਣਗਾਨ ਵੀ ਕੀਤਾ। ਨਾਭਾ ਬਲਾਕ ਸਮਿਤੀ ਦੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਈ ਹੈ ਔਰ ਪਾਰਟੀ ਹਾਈਕਮਾਨ ਦੇ ਆਦੇਸ਼ਾਂ ਦੇ ਅਨੁਸਾਰ ਚੇਅਰਮੈਨ ਇੱਛੇ ਮਾਨ ਸਿੰਘ ਜੀ ਅਤੇ ਕਰਮਜੀਤ ਕੌਰ ਸਿੰਬੜੋ ਵਾਈਸ ਚੇਅਰਮੈਨ ਅੱਜ ਸਰਬ ਸੰਮਤੀ ਨਾਲ ਚੁਣੇ ਗਏ ਨੇ ਔਰ ਇੱਕ ਗੱਲ ਮੈਂ ਸਾਫ਼ ਦੱਸ ਦਿਆਂ ਕਿ ਟੋਟਲੀ 25 ਮੈਂਬਰ ਨੇ ਬਲਾਕ ਸੰਮਤੀ ਦੇ, ਜਿਹਦੇ 'ਚੋਂ ਇੱਕ ਅਕਾਲੀ ਦਲ ਦਾ, 24 ਕਾਂਗਰਸ ਦੇ ਨੇ, 20 ਇਕੱਲੇ ਨਾਭੇ ਹਲਕੇ ਦੇ ਨੇ ਔਰ 4 ਨਾਲ ਲੱਗਦਾ ਹਲਕਾ ਪਟਿਆਲਾ ਟੂ ਬ੍ਰਹਮਿੰਦਰਾ ਜੀ ਦਾ। ਅਸੀਂ ਚਾਹੁੰਦੇ ਅਗਰ ਪਾਰਟੀ ਦੀ ਨਾ ਮੰਨਦੇ, ਡਿਸਿਪਲਿਨ 'ਚ ਨਾ ਰਹਿੰਦੇ ਤਾਂ ਵਾਈਸ ਚੇਅਰਮੈਨ ਵੀ ਨਾਭੇ ਹਲਕੇ ਦਾ ਲੱਗ ਸਕਦਾ ਸੀ, ਪਰ ਲੇਕਿਨ ਪਾਰਟੀ ਨੇ ਸਾਰਾ ਕੁਝ ਦਿੱਤਾ ਹੈ, ਪਾਰਟੀ ਹਾਈਕਮਾਨ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਨਾਲ ਵਾਲਾ ਹਲਕਾ ਹੈ, ਅਸੀਂ ਰਲ ਕੇ ਚੱਲਣਾ ਹੈ। ਹੁਕਮ ਹੈ ਹਾਈਕਮਾਨ ਦਾ ਕਿ ਇਹਨਾਂ ਦਾ ਥੋੜ੍ਹਾ ਹਲਕਾ ਪੈਂਦਾ, ਇਹਨਾਂ ਦਾ ਵਾਈਸ ਚੇਅਰਮੈਨ ਅਤੇ ਚੇਅਰਮੈਨ ਤੁਸੀਂ ਆਪਣਾ ਲਗਾ ਲਓ। ਸੋ ਪਾਰਟੀ ਹਾਈਕਮਾਨ ਦੇ ਪੰਜਾਬ ਦੇ ਹਰਮਨ ਪਿਆਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਆਦੇਸ਼ ਅਨੁਸਾਰ ਸਰਬ ਸੰਮਤੀ ਦੇ ਨਾਲ ਇਹ ਚੋਣ ਹੋਈ ਹੈ। ਮੈਂ ਨਵੇਂ ਹੋਏ ਚੁਣੇ ਹੋਏ ਚੇਅਰਮੈਨ ਇੱਛੇ ਮਾਨ ਸਿੰਘ ਜੀ ਔਰ ਵਾਈਸ ਚੇਅਰਮੈਨ ਬੀਬਾ ਕਰਮਜੀਤ ਕੌਰ ਸਿੰਬੜੋ ਜੀ ਨੂੰ ਵਧਾਈ ਦਿੰਦਾ ਔਰ ਉਸ ਤੋਂ ਵੀ ਵੱਧ ਵਧਾਈ ਦਿੰਦਾ ਮੈਂ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਦੇ ਮੈਂਬਰ ਭੈਣ ਭਰਾ ਜਿਹੜੇ ਨੇ, ਜਿਨ੍ਹਾਂ ਨੇ ਦਰਿਆਦਿਲੀ ਦਿਖਾ ਕੇ ਸਰਬ ਸੰਮਤੀ ਦੇ ਨਾਲ ਇਹ ਚੋਣ ਹਾਈਕਮਾਂਡ ਨੇ ਜੋ ਕਰੀ ਸੀ ਕੀਤੀ ਆ। ਕਿਸੇ ਨੇ ਵੀ ਕਿਸੇ ਦਾ ਦੂਸਰੇ ਦਾ ਨਾਮ ਪ੍ਰਪੋਜ ਨਹੀਂ ਕੀਤਾ ਹੈ, ਜੋ ਇੱਕ ਨੇ ਕਰਤਾ ਉਹ ਸਾਰੀ ਗੱਲੀ ਮੰਨੀ ਗਈ। ਲੋਕ ਭਲਾਈ ਦੇ ਨਾਂ ਤੇ ਵੋਟਾਂ ਲੈ ਕੇ ਚੁਣੇ ਗਏ ਨੁਮਾਇੰਦੇ ਫਿਰ ਲੋਕਾਂ ਦੀ ਸਾਰ ਲੈਣਾ ਭੁੱਲ ਜਾਂਦੇ ਨੇ। ਅਜਿਹਾ ਹੀ ਪੰਜਾਬ ਕਾਂਗਰਸ 'ਚ ਹੋਇਆ, ਜਿੱਥੇ ਅਜੇ ਤੱਕ ਸਿਰਫ ਨੁਮਾਇੰਦੇ ਹੀ ਚੁਣੇ ਜਾ ਰਹੇ ਨੇ, ਲੋਕਾਂ ਦੇ ਮੁੱਦੇ ਉੱਥੇ ਦੀ ਉੱਥੇ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।